ਇੱਥੇ ਤਾਂ ਪੁੱਤ ਕਾਮੇ ਕਾਮੇ ਆ ਨਾ ਸੌਖੇ ਆ ਨਾ ਚੈਨ ਆ। ਤੋ ਕੈਨੇਡਾ ਗਈ ਮਾਂ ਦੀ ਆਪਣੇ ਪੁੱਤਰ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਵਿੱਚ ਉਹ ਕਹਿ ਰਹੀ ਹੈ ਕਿ ਮੈਂ ਇੱਥੇ ਨਹੀਂ ਰਹਿਣਾ, ਇੱਥੇ ਤਾਂ ਸਾਰਾ ਦਿਨ ਕੰਮ ਹੀ ਕੰਮ ਹੈ ਅਤੇ ਮੈਂ ਤਾਂ ਆਪਣਾ ਵਾਪਸ ਪੰਜਾਬ ਵੱਲ ਤੁਰ ਜਾਣਾ ਕਿਉਂਕਿ ਲੋਕ ਇੱਥੇ ਤੜਕੇ ਹੀ ਮਾਪਿਆਂ ਨੂੰ ਆਪਣਿਆਂ ਨੂੰ ਟਿਫਨ ਬੰਨ ਕੇ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਭੇਜ ਦਿੰਦੇ ਹਨ। ਤਾਂ ਸਾਨੂੰ ਵੀ ਲੈ ਚੱਲਦੇ ਉਸ ਪੂਰੀ ਵੀਡੀਓ ਵੱਲ ਜੋ ਬਹੁਤ ਹੀ ਭਾਵਕ ਹੈ। ਇਸ ਵੀਡੀਓ ਦੇਖਣ ਤੋਂ ਬਾਅਦ ਆਪਣੀ ਆਪਣੀ ਰਾਏ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਰੱਖਣਾ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਸਾਨੂੰ ਲੈ ਚੱਲਦੇ ਆ ਪੂਰੀ ਵੀਡੀਓ ਦੇ ਵੱਲ। ਇੱਥੇ ਤਾਂ ਪੁੱਤ ਕੰਮੇ ਕੰਮੇ ਆ ਨਾ ਸੌਖੇ ਆ ਨਾ ਚੈਨ ਆ। ਸੁਣੀ ਗੱਲ ਨਾ, ਇੱਥੇ ਘਰ ਆ। ਕਿਉਂ ਘਰ ਆ ਨਾ ਪੁੱਤ? ਘਰ ਉਹੋ ਹੀ ਸੀ ਜਿਹੜਾ ਛੱਡ ਕੇ ਆਏ ਆ, ਇੱਥੇ ਘਰ ਬਣਾਉਣ ਦੀ ਖਾਤਰ ਆਏ ਆ, ਹਨਾ। ਇੱਥੋਂ ਘਰ ਛੱਡ ਕੇ ਤੁਸੀਂ ਗਾਂਹ ਤੁਰੇ ਫਿਰਦੇ ਆ, ਕੋਈ ਪੰਜੀ ਆਉਂਦਾ ਕੋਈ ਸੱਤੀ ਆਉਂਦਾ, ਸੌਂ ਕੇ ਫਿਰ ਮੁੜ ਜਾਂਦੇ ਮੁਸਾਫਰਾਂ ਵਾਂਗੂ। ਸੁੱਖ ਤਾਂ ਹੈ ਨਹੀਂ ਘਰ, ਚਾਹੇ ਮੰਨੋ ਚਾਹੇ ਨਾ ਮੰਨੋ, ਘਰ ਤਾਂ ਉਹੋ ਹੀ ਆ ਜਿਹੜਾ ਛੱਡ ਕੇ ਆਏ, ਆਉਣਾ ਵੀ ਉਹ ਕੰਮ ਆ।